ਅਕਸਰ ਹੀ ਇਹ ਕਿਹਾ ਜਾਂਦਾ ਕਿ ਨਸ਼ਾ ਪੁਲਿਸ ਦੀ ਮਿਲੀ ਭੁਗਤ ਤੋਂ ਬਗੈਰ ਨਹੀਂ ਵਿਕ ਸਕਦਾ ਤੇ ਨਸ਼ੇ ਦੇ ਕਾਰੋਬਾਰ ਦੇ ਵਿੱਚ ਪੁਲਿਸ ਮਹਿਕਮੇ ਦੇ ਕੁਝ ਮੁਲਾਜ਼ਮ ਵੀ ਸ਼ਾਮਿਲ ਨੇ ਜਿਨ੍ਹਾਂ ਦੇ ਕਰਕੇ ਪੂਰੇ ਪੁਲਿਸ ਮਹਿਕਮੇ ਨੂੰ ਬਦਨਾਮੀ ਝੱਲਣੀ ਪੈਂਦੀ ਹੈ। ਜੀ ਹਾਂ, ਇਹ ਸੱਚ ਸਾਬਿਤ ਹੋਇਆ ਜਦੋਂ ਲੁਧਿਆਣਾ ਐਸਟੀਐਫ ਨੇ ਨਸ਼ੇ ਦੇ ਕਾਰੋਬਾਰ ਦੇ ਤਹਿਤ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ। ਜਦੋਂ ਇਹਨਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਨੇ ਮੰਨਿਆ ਕਿ ਇਹਨਾਂ ਦਾ ਇੱਕ ਹੋਰ ਸਾਥੀ ਵੀ ਹੈ ਜੋ ਕਿ ਖੰਨਾ ਥਾਣੇ ਦੇ ਵਿੱਚ ਬਤੌਰ ਮੁਨਸ਼ੀ ਤਾਇਨਾਤ ਹੈ। ਇਹ ਸੁਣਦੇ ਸਾਰ ਪੁਲਿਸ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਤੇ ਉਕਤ ਮੁਨਸ਼ੀ ਨੂੰ ਕਾਬੂ ਕਰ ਲਿਆ ਗਿਆ। ਐਸਟੀਐਫ ਲੁਧਿਆਣਾ ਰੇਂਜ ਦੀ ਟੀਮ ਨੇ ਐਫਆਈਆਰ ਰਜਿਸਟਰ ਕੀਤੀ ਪੁਲਿਸ ਸਟੇਸ਼ਨ ਐਸਟੀਐਫ ਮੋਹਾਲੀ ਦੇ ਵਿੱਚ, ਔਰ ਉਸਦੀ ਤਫਤੀਸ਼ ਦੇ ਦੌਰਾਨ ਦੋ ਵਿਅਕਤੀ ਅਮਨਦੀਪ ਤੇ ਮਨਪ੍ਰੀਤ ਜਿਹੜੇ ਆ ਮੋਤੀ ਨਗਰ ਏਰੀਏ 'ਚ ਗ੍ਰਿਫਤਾਰ ਕੀਤੇ ਗਏ ਸੀ, ਜਿਨ੍ਹਾਂ ਕੋਲ 400 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਫਰਦਰ ਤਫਤੀਸ਼ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਹੈਰੋਇਨ ਇਹਨਾਂ ਨੂੰ ਇੱਕ ਗਗਨਦੀਪ ਨਾਂ ਦਾ ਮੁਲਜ਼ਮ ਜੋ ਕਿ ਪੰਜਾਬ ਪੁਲਿਸ ਵਿੱਚ ਹੈੱਡ ਕਾਂਸਟੇਬਲ ਦੇ ਅਹੁਦੇ 'ਤੇ ਹੈ, ਔਰ ਉਹ ਇਸ ਵੇਲੇ ਮੁੱਖ ਮੁਨਸ਼ੀ ਸਦਰ ਖੰਨਾ ਵਿੱਚ ਲੱਗਾ ਹੋਇਆ ਸੀ, ਔਰ ਉੱਥੇ ਰਹਿ ਕੇ ਇਹ ਇਹਨਾਂ ਵਿਅਕਤੀਆਂ ਨੂੰ ਹੈਰੋਇਨ ਸਪਲਾਈ ਕਰਦਾ ਸੀ। ਇਸ ਨੂੰ ਇਹ ਜਿਹੜੀ ਹੈਰੋਇਨ ਹੈ ਹੁਣ ਤੱਕ ਦੀ ਤਫਤੀਸ਼ ਜੋ ਸਾਹਮਣੇ ਆਇਆ ਦਿੱਲੀ ਤੋਂ ਉਹਨੂੰ ਮਿਲਦੀ ਸੀ, ਔਰ ਇਹ ਫਰਦਰ ਡਿਸਟ੍ਰੀਬਿਊਟ ਕਰਦਾ ਸੀ। ਇਹ ਵਿਅਕਤੀ ਇਸ ਨੂੰ ਵੇਚ ਕੇ ਪੈਸੇ ਕਮਾ ਕੇ ਆਪਣਾ ਸ਼ੇਅਰ ਰੱਖ ਕੇ ਪੈਸੇ ਵਾਪਸ ਗਗਨਦੀਪ ਨੂੰ ਭੇਜ ਦਿੰਦੇ ਸੀ, ਔਰ ਇਸ ਆਪਣੇ ਜ਼ਿੰਮੇਦਾਰ ਅਹੁਦੇ 'ਤੇ ਬੈਠਦਿਆਂ ਹੋਇਆਂ ਇਹ ਜੋ ਕੰਮ ਕਰ ਰਿਹਾ ਸੀਗਾ ਇਸ 'ਤੇ ਅਸੀਂ ਕਾਰਵਾਈ ਕਰਦੇ ਹੋਇਆਂ ਇਹਨੂੰ ਗ੍ਰਿਫਤਾਰ ਕਰ ਲਿਆ। ਉਹਨੂੰ ਗ੍ਰਿਫਤਾਰੀ ਤੋਂ ਬਾਅਦ ਇਹਦੇ ਕੋਲੋਂ 385 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਸੋ ਇਹ ਟੋਟਲ ਜਿਹੜੀ ਹੈ 785 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਮਜ਼ੀਦ ਤਫਤੀਸ਼ ਅਜੇ ਜਾਰੀ ਹੈ। ਉਮੀਦ ਹੈ ਕਿ ਵੀ ਹੋਰ ਵੀ ਵਿਅਕਤੀ ਜਿਹੜੇ ਇਸ ਧੰਦੇ ਦੇ ਵਿੱਚ ਇਹਨਾਂ ਦਾ ਸਾਥ ਦਿੰਦੇ ਸੀ ਜਾਂ ਐਸੋਸੀਏਟਡ ਸੀ ਕਿਸੇ ਹੋਰ ਤਰੀਕੇ ਦੇ ਨਾਲ, ਉਹ ਵੀ ਗ੍ਰਿਫਤਾਰ ਕੀਤੇ। ਇਹ ਅਭੀ ਤੱਕ ਜੋ ਸਾਹਮਣੇ ਬਾਤ ਆਈ ਹੈ 6-7 ਮੰਥ ਸੇ ਕੰਮ ਕਰ ਰਿਹਾ, ਲੇਕਿਨ ਅਭੀ ਤਫਤੀਸ਼ ਕਰਕੇ ਹੀ ਹਮ ਸਰਟਨ ਕਰ ਪਾਏਗੇ ਕਿ ਵਾਕਿਆ ਇਹ ਕਿਤਨੇ ਸਮੇਂ ਸੇ ਕੰਮ ਕਰ ਰਿਹਾ ਹੈ, ਔਰ ਇਹ 2011 ਸੇ ਪੰਜਾਬ ਪੁਲਿਸ ਮੇਂ ਰਿਕਰੂਟਡ ਹੈ। ਦੇਖੀਏ, ਯੇ ਤੋ ਅਭੀ ਤਫਤੀਸ਼ ਕੇ ਬਾਅਦ ਹੀ ਪਤਾ ਚਲੇਗਾ। ਆਜ ਆਫਟਰਨੂਨ ਮੇਂ ਇਸਕੀ ਗ੍ਰਿਫਤਾਰੀ ਹੋਈ ਹੈ, ਉਸਕੇ ਬਾਅਦ ਆਪ ਇਸਕੋ ਰਿਮਾਂਡ ਪੇ ਲੇਂਗੇ। ਰਿਮਾਂਡ ਮੇਂ ਲੇਨੇ ਕੇ ਬਾਅਦ ਡਿਟੇਲ ਇਨਵੈਸਟੀਗੇਸ਼ਨ ਮੇਂ ਹਮਕੋ ਯੇ ਸਾਰੀ ਬਾਤਾਂ ਸਾਹਮਣੇ ਆਏਗੀ। ਸਟੇਸ਼ਨ ਟਿੱਬਾ ਦੇ ਵਿੱਚ ਐਸਟੀਐਫ ਲੁਧਿਆਣਾ ਰੇਂਜ ਨੇ ਮੁਕੱਦਮਾ ਦਰਜ ਕੀਤਾ, ਜਿਸ ਦੇ ਵਿੱਚ ਇੱਕ ਵਿਅਕਤੀ ਕੋਲੋਂ ਪੰਜਾਬ ਦੀ ਸ਼ਕਤੀ ਨਿਊਜ਼ ਪੇਪਰ ਦਾ ਆਈਡੈਂਟੀ ਕਾਰਡ ਮਿਲਿਆ, ਉੱਥੇ ਉਹ ਕੰਮ ਕਰਦਾ ਰਿਹਾ, ਔਰ ਲੇਕਿਨ ਇਸੇ ਜਾਬ ਦੇ ਵਿੱਚ ਇਹ ਵਿਅਕਤੀ ਪੈਂਡਿੰਗ ਦਾ ਕੰਮ ਕਰ ਰਿਹਾ ਸੀਗਾ। 40 ਗ੍ਰਾਮ ਹੈਰੋਇਨ ਬਰਾਮਦ ਹੋਈ, 40 ਗ੍ਰਾਮ। ਹਾਂਜੀ, ਲੁਧਿਆਣਾ। ਸੋ ਲਗਾਤਾਰ ਪੰਜਾਬ ਦੇ ਕੁਝ ਪੁਲਿਸ ਅਫਸਰਾਂ ਤੇ ਸਿਆਸੀ ਆਗੂਆਂ ਦੇ ਵੱਲੋਂ ਇਹ ਕਿਹਾ ਜਾਂਦਾ ਰਿਹਾ ਸੀ ਕਿ ਪੁਲਿਸ ਵੀ ਨਸ਼ੇ ਦੇ ਕਾਰੋਬਾਰ ਦੇ ਵਿੱਚ ਸ਼ਾਮਿਲ ਹੈ, ਅਤੇ ਇਸ ਗ੍ਰਿਫਤਾਰੀ ਤੋਂ ਬਾਅਦ ਇਸ ਖੁਲਾਸੇ ਦੇ ਉੱਤੇ ਵੀ ਮੋਹਰ ਲੱਗ ਗਈ ਹੈ। ਸੋ ਕਿਤੇ ਨਾ ਕਿਤੇ ਪੰਜਾਬ ਪੁਲਿਸ ਦੇ ਅਕਸ ਨੂੰ ਵੀ ਇਸ ਖੁਲਾਸੇ ਦੇ ਨਾਲ ਵੱਡੀ ਢਾਹ ਲੱਗਦੀ ਵਿਖਾਈ ਦੇ ਰਹੀ ਹੈ। ਲੁਧਿਆਣਾ ਤੋਂ ਜਸਵੀਰ ਜੱਸੀ ਦੀ ਰਿਪੋਰਟ, ਪੈਰੇਦਾਰ ਟੀਵੀ। ਜੇਕਰ ਹਾਲੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਦੇ ਬਟਨ ਤੇ ਦਬਾ ਕੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਬੈਲ ਦਾ ਆਈਕਨ ਵੀ ਦਬਾ ਦਿਓ,
ਤਾਂ ਕਿ ਹਰ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ।